ਉਧਰ ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ, ਉੱਥੇ ਰਾਮਪੁਰਾ ਫੂਲ ਸ਼ਹਿਰ ਦੇ ਵਾਸੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੱਸਦੀ ਕਿ ਬੀਤੇ ਦਿਨੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਚਾਨਕ ਬਾਹਰੋਂ ਚੈੱਕਅਪ ਕਰਾਉਣ ਆਏ ਮਰੀਜ਼ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ ਅਤੇ ਸ਼ਹਿਰ ਦੇ ਇੱਕ ਉੱਘੇ ਕਾਂਗਰਸ ਆਗੂ ਦੀ ਕਰੋਨਾ ਰਿਪੋਰਟ ਵੀ ਪਾਜ਼ਿਟਿਵ ਆਉਣ ਕਾਰਨ ਸ਼ਹਿਰ ਚ ਹੜਕੰਪ ਮਚ ਗਿਆ ਸੀ, ਜਿਸ ਦੇ ਚੱਲਦਿਆਂ ਨਿੱਜੀ ਹਸਪਤਾਲ ਦੇ ਡਾਕਟਰ ਅਤੇ ਉਸ ਦੇ ਸਟਾਫ ਨੇ ਆਪਣੇ ਆਪ ਨੂੰ ਹੋਮ ਕੁਆਰੰਟਾਈਨ ਕਰਕੇ ਪੂਰੇ ਹਸਪਤਾਲ ਨੂੰ ਸੈਨੀਟਾਈਜ਼ ਕਰ ਦਿੱਤਾ ਸੀ। ਨਿੱਜੀ ਹਸਪਤਾਲ ਦੇ ਡਾਕਟਰ ਅਤੇ ਸਟਾਫ ਦੇ ਸੈਂਪਲਾਂ ਦੀ ਰਿਪੋਰਟ ਬੀਤੀ ਰਾਤ ਨੈਗੇਟਿਵ ਆ ਗਈ ਹੈ। ਇਸ ਦੇ ਨਾਲ ਹੀ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਜਿਨ੍ਹਾਂ ਨੇ ਸਵੈ ਇੱਛਾ ਅਨੁਸਾਰ ਕੋਰੋਨਾ ਟੈਸਟ ਕਰਾਇਆ ਸੀ, ਉਹਨਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਦੱਸ ਦਈਏ ਕਿ ਸ਼ਹਿਰ ਵਾਸੀਆਂ ਲਈ ਇਹ ਬਹੁਤ ਵੱਡੀ ਰਾਹਤ ਭਰੀ ਖਬਰ ਹੈ, ਕਿਉਂਕਿ ਸ਼ਹਿਰ ਵਿੱਚ ਕੁਝ ਅਜਿਹੀਆਂ ਅਫਵਾਹਾਂ ਉੱਡ ਰਹੀਆਂ ਸਨ ਜਿਸ ਕਰਕੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਉਧਰ ਇਸ ਮਾਮਲੇ ਨੂੰ ਲੈ ਕੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਵੀ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਡਾਕਟਰ ਅਰਸ਼ ਕੁਮਾਰ ਗਰਗ, ਜੋ ਕਿ ਰਾਮਪੁਰਾ ਫੂਲ ਵਿਖੇ ਚੈਸਟ ਐਂਡ ਟੀਬੀ ਦੀ ਪ੍ਰੈਕਟਿਸ ਕਰ ਰਿਹਾ, ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ। ਕੁਛ ਦਿਨ ਪਹਿਲਾਂ ਹੀ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਜਿਹੋ ਕਿ ਕਰੋਨਾ ਪੋਜ਼ਿਟਿਵ ਪਾਇਆ ਗਿਆ। ਉਸਨੂੰ ਉਸੇ ਵੇਲੇ ਹੀ ਸਿਵਲ ਹੋਸਪਿਟਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਸੀਗਾ। ਅਸੀਂ ਆਪਣੇ ਨੂੰ ਆਪ ਨੂੰ ਅਤੇ ਆਪਣੇ ਸਟਾਫ ਨੂੰ ਉਸੇ ਵੇਲੇ ਹੀ ਕੁਆਰੰਟਾਈਨ ਕਰ ਦਿੱਤਾ ਅਤੇ ਨਾਲ ਹੀ ਆਪਣੇ ਸਾਰੇ ਕਲੀਨਿਕ ਨੂੰ ਡਿਸਇਨਫੈਕਟ ਕਰ ਦਿੱਤਾ। ਅਸੀਂ 7 ਦਿਨ ਵਿੱਚ ਇਕਾਂਤਵਾਸ ਰਹੇ। ਹੁਣ ਸਾਡੀ ਰਿਪੋਰਟ ਜੋ ਕਿ ਕਰੋਨਾ ਦੀ ਹੈ ਬਾਬਤ ਹੈ, ਉਹ ਨੈਗੇਟਿਵ ਆ ਚੁੱਕੀ ਹੈ। ਅਸੀਂ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਇਹ ਅਸੀਂ ਰਿਪੋਰਟ ਜਾਂ ਅਸੀਂ ਆਪ ਨੂੰ ਕੁਆਰੰਟਾਈਨ ਇਸ ਵੇਲੇ ਇਸ ਲਈ ਕੀਤਾ ਸੀ ਕਿ ਤਾਂ ਕਿ ਅਸੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ। ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੇ ਕਰਕੇ ਕਿਸੇ ਲੋਕਲ ਜਾਂ ਸਾਡੇ ਭੈਣ ਭਰਾ ਜਾਂ ਸਾਡੇ ਕੋਈ ਸਖੀ ਸੰਬੰਧੀ ਨੂੰ ਸਾਡੇ ਤੋਂ ਬਿਮਾਰੀ ਹੋ ਜਾਵੇ। ਹੁਣ ਇਸ ਕਰਕੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਕਰੋਨਾ ਨੂੰ ਬਚਾਉਣ ਵਾਸਤੇ, ਕਰੋਨਾ ਤੋਂ ਬਚਣ ਵਾਸਤੇ ਸਾਨੂੰ ਇੱਕੋ ਹੀ ਪਾਲਣਾ ਕਰਨੀ ਚਾਹੀਦੀ ਹੈ ਕਿ ਆਪਣੇ ਮੂੰਹ ਦੇ ਉੱਤੇ ਮਾਸਕ ਬੰਨੋ, ਆਪਣੇ ਆਪ ਨੂੰ ਬਚਾਓ, ਉਸੇ ਵੇਲੇ ਹੀ ਘਰੋਂ ਨਿਕਲੋ ਜਦੋਂ ਕਿ ਤੁਹਾਨੂੰ ਕੋਈ ਲੋੜ ਹੈ, ਨਹੀਂ ਤਾਂ ਆਪਣੇ ਘਰੇ ਰਹੋ ਤਾਂ ਕਿ ਇਹ ਬਿਮਾਰੀ ਨੂੰ ਅਸੀਂ ਵਧਣ ਤੋਂ ਬਚਾ ਸਕੀਏ। ਧੰਨਵਾਦ।